ਵਿਗਾੜਤਾ ਜੀ ਪੰਜਾਬ ਦਾ ਹਜੇ ਜਿਹੜੇ ਇਹਨਾਂ ਦੇ ਮੈਂ ਕਿੱਸੇ ਖੋਲਣ ਲੱਗਿਆ ਹਜੇ ਤਾਂ ਕੁਛ ਵੀ ਨਹੀਂ ਹੈਗਾ ਤੁਸੀਂ ਦੇਖੋ ਅਸੀਂ ਅੱਗੇ ਹੁੰਦਾ ਕੀ ਹੈ ਹਜੇ ਤਾਂ ਚੰਨੀ ਸਾਹਿਬ ਦਾ ਸਿਰਫ ਚਾਹ ਪਾਣੀ ਦਾ ਖਰਚਾ ਹੀ ਦੇਖਿਆ ਆਪਾਂ ਹਜੇ ਅੱਗੇ ਦੇਖੋ ਹੁੰਦਾ ਕੀ ਹੈ ਠੀਕ ਹੈ ਨਾ ਹਜੇ ਤਾਂ ਚਾਹਾਂ ਕਚੋਰੀਆਂ ਥਾਲੀਆਂ ਦੀ ਰੇਟ ਨਿਕਲੇ ਨੇ ਜਿਹੜੇ ਹੋਰ ਵੱਡੇ ਵੱਡੇ ਰੇਟ ਨੇ ਉਹ ਵੀ ਨਿਕਲਣਗੇ ਇਸ ਕਰਕੇ ਮੈਂ ਬਤੌਰ ਮੁੱਖ ਮੰਤਰੀ ਪੰਜਾਬੀਆਂ ਨਾਲ ਵਾਅਦਾ ਕਰਦਾ ਜਿੰਨਾ ਵਿਸ਼ਵਾਸ ਉਹਨਾਂ ਨੇ ਮੇਰੇ ਤੇ ਕੀਤਾ ਇਹ ਤੋਂ ਵੱਧ ਕੁਛ ਨਹੀਂ ਹੋ ਸਕਦਾ ਇਹ ਤੋਂ ਵੱਧ ਬੰਦੇ ਨੂੰ ਕੁਛ ਨਹੀਂ ਚਾਹੀਦਾ ਹੁੰਦਾ ਕਿ ਇੰਨਾ ਪਿਆਰ ਲੋਕਾਂ ਦਾ ਇਸ ਜਨਮ ਚ ਮਿਲ ਜੇ ਕਈ ਜਨਮ ਲੱਗ ਜਾਣਗੇ ਧੰਨਵਾਦ ਕਰਦੇ ਕਰਦੇ ਪਰ ਮੈਂ ਵਿਸ਼ਵਾਸ ਟੁੱਟਣ ਨਹੀਂ ਦੇਣਾ ਇੱਕ ਰੁਪਈਆ ਵੀ ਜੇ ਪਹਿਲਾਂ ਵੀ ਖਾਧਾ ਉਹਦਾ ਹਿਸਾਬ ਲਿਆ ਜਾਊਗਾ ਉਹਨੂੰ ਖਜ਼ਾਨੇ ਚ ਲਿਆਂਦਾ ਜਾਊਗਾ ਖਜ਼ਾਨੇ ਦਾ ਮੂੰਹ ਪਬਲਿਕ ਵੱਲ ਖੋਲਿਆ ਜਾਊਗਾ ਇਹ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰਨ ਆਇਆ ਤੇ ਨਵੇਂ ਸਾਲ ਦੀਆਂ ਤੁਹਾਨੂੰ ਫੇਰ ਇੱਕ ਵਾਰੀ ਬਹੁਤ ਬਹੁਤ ਮੁਬਾਰਕਾਂ ਔਰ ਨਵੇਂ ਸਾਲ ਚ ਪਰਮਾਤਮਾ ਕਰੇ ਸਾਨੂੰ ਇਹੋ ਜਿਹੀਆਂ ਦਿੱਕਤਾਂ ਨਾ ਆਉਣ ਪਰਮਾਤਮਾ ਇਹਨਾਂ ਨੂੰ ਵੀ ਸਮਤ ਬਖਸ਼ੇ ਇਹਨਾਂ ਨੂੰ ਵੀ ਬੁੱਧੀ ਬਖਸ਼ੇ ਕਿ ਹੋ ਲੈਣ ਦੋ ਕੰਮ ਕਿਉਂ ਡਿੱਕਾ ਬਣਦੇ ਹੋ ਸੋ ਮੈਂ ਤਾਂ ਇਹਨਾਂ ਵਾਸਤੇ ਵੀ ਅਰਦਾਸ ਕਰਦਾ ਕਿ ਆਪਣਾ ਆਤਮ ਮੰਥਨ ਕਰੋ ਕਿਉਂ ਲੋਕਾਂ ਨੇ ਤੁਹਾਨੂੰ ਆਪਣੇ ਦਿਲਾਂ ਚੋਂ ਕੱਢਿਆ ਕਿਉਂ ਲੋਕਾਂ ਨੇ ਤੁਹਾਨੂੰ ਕੁਰਸੀਆਂ ਤੋਂ ਲਾਹਿਆ ਆਤਮ ਮੰਥਨ ਕਰੋ ਨਾ ਕਿ ਕਿਸੇ ਤੇ ਕੋਈ ਆਲੋਚਨਾ ਕਿਸੇ ਦੇ ਬੂਟ ਕਿੰਨੇ ਦੇ ਨੇ ਭਗਵੰਤ ਮਾਨ ਤੁਰਦਾ ਹੈ ਕਿਉਂ ਹੈ ਸੋ ਇਹ ਇਹਨਾਂ ਕੋਲ ਕੋਈ ਮੁੱਦਾ ਹੈ ਨਹੀਂ ਹੁਣ ਸੋ ਇਹ ਬੁਖਲਾਹਟ ਹੈ ਮੈਂ ਵੀ ਜਾਣਦਾ ਕਿਉਂਕਿ ਮੈਂ ਪਿੰਡਾਂ ਚੋਂ ਆਇਆ ਹੋਇਆ ਅੱਜ ਮੈਂ ਸਤੌਜ ਪਿੰਡ ਮਿੱਟੀ ਨੂੰ ਮੱਥਾ ਟੇਕ ਕੇ ਆਇਆ ਮੈਨੂੰ ਵੀ ਪਤਾ ਹੈ ਕਿ ਦੀਵਾ ਬੁਝਣ ਤੋਂ ਪਹਿਲਾਂ ਪੱਪਾ ਪੱਪਾ ਕਰਦਾ ਹੁੰਦਾ ਇਹ ਸਾਰੇ ਹੁਣ ਬੁਝਦੇ ਦੀਵੇ ਨੇ ਚੰਨੀ ਨੇ ਜਿਹੜਾ ਕਿਹਾ ਹੈਗਾ ਵੀ ਪੰਜਾਬ